ਵੀ ਚੰਗੇ ਤਰੀਕੇ ਨਾਲ ਨਹੀਂ ਹੋਇਆ ਹੋਇਆ ਅਤੇ ਸ਼ਾਇਦ ਸੜਕ ਦੇ ਵਿੱਚ ਵੀ ਕੋਈ ਕਮੀ ਹੈ। ਤੋ ਜਸਟ ਬਿਕੋਜ਼ ਲੋਕਾਂ ਦੀ ਕੰਪਲੇਂਟ ਸੀ ਉਹਨੂੰ ਸੋਚਦੇ ਹੋਏ ਵੀ ਜਸਟ ਪੀ ਐੱਮ ਕੀ ਅਸੀਂ ਸੋਚਿਆ ਵੀ ਦੇਖੋ ਦੇਖੀਏ ਇਹਨੂੰ ਕਿ ਇਹਦੇ 'ਚ ਮੈਟਰ ਹੈ। ਸੋ ਆਈ ਥਿੰਕ ਡਿਪਾਰਟਮੈਂਟ ਦੇ ਜਿਹੜੇ ਕੁਆਲਿਟੀ ਕੰਟਰੋਲ ਦੇ ਲੋਕ ਹੈ ਦੇ ਆਰ ਦ ਕੁਆਲਿਟੀ ਕੰਟਰੋਲ ਟੀਮ ਹੈਜ਼ ਕਮ ਅਲੋਂਗ ਵਿਦ ਸੈਕਟਰੀ ਸਾਹਿਬ ਇਜ਼ ਆਲਸੋ ਹੇਅਰ ਸਾਡੇ ਕ੍ਰਿਸ਼ਨ ਰਾਜ ਜੀ ਅਤੇ ਦੇ ਵਿਲ ਅਸੈਸ ਇਨ ਦਾ ਲੈਬ ਕਿ ਵੋਟ ਇਜ਼ ਦੀ ਕੁਆਲਿਟੀ ਪ੍ਰੋਬਲਮ ਔਨ ਦਾ ਫੇਸ ਆਫ ਏ ਡਿਵਾਈਡਰ ਦੇ ਵਿੱਚ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਕਿ ਟਾਈਲਾਂ ਕੱਟੀਆਂ ਹੋਈਆਂ ਅਤੇ ਰੋ ਮਟੀਰੀਅਲ ਜਿਸ ਜੋ ਲੱਗਿਆ ਉਹਨੂੰ ਟੈਸਟਿੰਗ ਦੇ ਬਾਅਦ ਸਪੈਸੀਫਿਕੇਸ਼ਨ ਤੋਂ ਬਾਅਦ ਪਤਾ ਲੱਗੂਗੀ ਕਿਵੇਂ ਦੈਟ ਇਜ਼ ਇਹੀ ਦੌਰੇ ਵਾਸਤੇ ਸਾਡਾ ਥੋਟ ਹੈ। ਜੁਆਇੰਟ ਰਿਸਪੋਂਸੀਬਿਲਟੀ ਆਫ ਆਫਿਸਰ ਐਜ ਵੈਲ ਐਜ਼ ਦੀ ਰਿਸਪੋਂਸੀਬਿਲਟੀ ਆਫ ਦੀ ਕੰਟਰੈਕਟਰ ਬਿਕੋਜ਼ ਕੰਟਰੈਕਟਰ ਨੇ ਕੰਮ ਲੈਣਾ ਅਤੇ ਆਫਿਸਰ ਨੇ ਇਨਸ਼ੋਰ ਕਰਨਾ ਕਿ ਉਹ ਕੰਮ ਜੋ ਸਪੈਸੀਫਿਕੇਸ਼ਨ ਉਹਦੇ ਹਿਸਾਬ ਨਾਲ ਹੋਵੇ ਅਤੇ ਉਹਦੇ 'ਚ ਕੁਆਲਿਟੀ ਮੇਨਟੇਨਡ ਹੋਵੇ ਅਤੇ ਕੁਆਂਟਿਟੀ ਮੇਨਟੇਨ ਅਤੇ ਮਾਲ ਪਾਇਆ ਨਹੀਂ। ਸੋ ਮੈਂ ਸਮਝਦਾ ਕਿ ਦੈਨ ਦੇਰ ਇਜ਼ ਲੋਟ ਆਫ ਡਿਸਕ੍ਰੀਪੈਂਸੀ ਉਸੀ ਗੱਲ ਨੂੰ ਇਨਸ਼ੋਰ ਕਰਨ ਵਾਸਤੇ ਆਪਾਂ ਆਏ ਸੋ ਦੈਟ ਜਿਹੜੇ ਔਨਗੋਇੰਗ ਵਰਕਸ ਹੈ ਉਹਦੇ ਵਿੱਚ ਬਾਕੀ ਠੇਕੇਦਾਰ ਵੀ ਅਤੇ ਅਫਸਰ ਸਾਹਿਬਾਨ ਵੀ ਕੁਆਲਿਟੀ ਨੂੰ ਮੇਨਟੇਨ ਕਰਨ ਅਤੇ ਕੁਆਂਟਿਟੀ ਨੂੰ ਮੇਨਟੇਨ ਕਰਨ।